ਹਾਂਜੀ ਵੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਅੱਜ ਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਜੀ ਤਾਂ ਆਪਣੇ ਚੈਨਲ ਨੂੰ ਥੱਲੇ ਦਿਖਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਉਸ ਦੀ ਨਾਲ ਲੱਗੇ ਬੈਲ ਆਈਕਨ ਉੱਤੇ ਪ੍ਰੈਸ ਕਰ ਲਿਓ ਜੀ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਨਵੇਂ ਨੇ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਜੀ ਆਪਣੇ ਚੈਨਲ ਤੇ ਜਾਂ ਪੇਜ ਤੇ ਜੀ ਕਿਸੇ ਵੀ ਸਾਧਨ ਦੀ ਐਡ ਲਗਵਾਉਣੀ ਹੋਵੇ ਜੀ ਤਾਂ ਸਕਰੀਨ ਉੱਪਰ ਨੰਬਰ ਸ਼ੋਅ ਰਿਹਾ ਜੀ ਉਸ ਨੰਬਰ ਤੇ ਤੁਸੀਂ WhatsApp ਰਾਹੀਂ ਫੋਟੋਆਂ ਤੇ ਜਾਣਕਾਰੀ ਭੇਜ ਕੇ ਜੀ ਕਿਸੇ ਵੀ ਸਾਧਨ ਦੀ ਆਪਣੇ ਚੈਨਲ ਤੇ ਜੀ ਜਾਂ Facebook ਪੇਜ ਤੇ ਜੀ ਬਿਲਕੁਲ ਫ੍ਰੀ ਵਿੱਚ ਐਡ ਲਗਵਾ ਸਕਦੇ ਹੋ ਹਾਂਜੀ ਵੀਰੋ ਅੱਜ ਦੀ ਜੋ ਵੀਡੀਓ ਵਿੱਚ ਸੇਲ ਵਾਸਤੇ ਲੈ ਕੇ ਆਏ ਜੀ 골ਡਨ ਲੈਂਡ ਸਤਮੰਤ ਪੋਣੀਗੜ ਦੀ ਬਣੀ ਹੋਈ ਟਰਾਲੀ ਬਿਕਾਉ ਹੈ ਜੀ ਇਹ ਟਰਾਲੀ 2021 ਮਾਡਲ ਦਾ ਜੀ ਸਾਈਜ਼ ਆ ਜੋ ਟਰਾਲੀ ਦਾ 11x 6.5 ਦਾ ਟਰਾਲੀ ਦਾ ਸਾਈਜ਼ ਹੈ ਜੀ ਟਾਟਾ ਦਾ ਫਰਸ ਲੱਗਿਆ ਜੀ 5 ਐਮ ਐਮ ਦਾ ਤੇ ਟਾਟਾ ਦੀਆਂ 10 ਨੱਟੀਆਂ ਹੱਬਾਂ ਲੱਗੀਆਂ ਹੋਈਆਂ ਨੇ ਜੀ ਏਰੀਆ ਬਿਰਦਾ ਪਿੰਡ ਕੀਵਾ ਕੜਾ ਨੇੜੇ ਭੀਕੀ ਜੀ ਮਾਨਸਾ ਤੇ ਬਾਕੀ ਵਧੀਆ ਕੰਡੀਸ਼ਨ 'ਚ ਟਰਾਲੀ ਪਈ ਆ ਜੀ ਫੁੱਲ ਹੈਵੀ ਟਰਾਲੀ ਆ ਡਬਲ ਟੈਰੀਆ ਜੀ ਜੈਕ ਸਮੇਤ ਹੈ ਤੇ ਵਧੀਆ ਸਾਫ਼ ਕੰਡੀਸ਼ਨ 'ਚ ਟਾਇਰ ਪਏ ਨੇ ਜੀ ਬੈੱਡ ਸਮੇਤ ਹੈ ਜੀ ਬੱਡੇ ਤੇ ਜਾਲੀ ਲੱਗੀ ਹੋਈ ਆ ਜੀ ਤੇ ਫੁੱਲ ਓਕੇ ਸਾਫ਼ ਕੰਡੀਸ਼ਨ 'ਚ ਟਰਾਲੀ ਪਈ ਆ ਰੇਟ ਬਿਨ ਰੱਖਿਆ 1,50,000 ਪਰ ਰੇਟ ਰੱਖਿਆ ਜੀ 1,50,000 ਪਰ ਰੇਟ ਰੱਖਿਆ ਤੇ ਬਾਕੀ ਤੁਹਾਡਾ ਮੌਕੇ ਤੇ ਮਾਨਤਨ ਹੋ ਜੂਗਾ ਜੀ ਤੇ ਵੀਰਾਂ ਦਾ ਕੰਟੈਕਟ ਨੰਬਰ ਆ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ 골ਡਨ ਲੈਂਡ ਸਤਵੰਤ ਪਵਾਨੀਗੜ ਦੀ ਬਣੀ ਹੋਈ ਟਰਾਲੀ ਖਰੀਦ ਸਕਦੇ ਹੋ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਜਿਹੜੇ ਵੀ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਦਾਂ ਦੀਆਂ ਹੋਰ ਨਵੀਆਂ ਵੀਡੀਓ ਵੇਖਣ ਲੀਜੀ ਜੁੜੇ ਰਹੋ ਆਪਣੇ ਚੈਨਲ ਨਾਲ ਜੀ ਧੰਨਵਾਦ